ਲੁਧਿਆਣੇ ਦੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਬਿਜ਼ਨਸਮੈਨ ਦੇ ਉੱਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਔਰ ਇਸ ਦੀ ਵੀਡੀਓ ਵੀ ਲਗਾਤਾਰ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋਵੋਗੇ। ਪਰ ਇਸ ਬਿਜ਼ਨਸਮੈਨ 'ਤੇ ਜਿਨ੍ਹਾਂ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਕੀ ਕਨੈਕਸ਼ਨ ਸੀ, ਪਹਿਲਾਂ ਇਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕੀ ਉਹਨਾਂ ਨਾਲ ਧੋਖਾਧੜੀ ਕੀਤੀ ਗਈ ਸੀ ਜਾਂ ਫਿਰ ਇਹ ਕੋਈ ਹੋਰ ਮਾਮਲਾ ਹੈ, ਸੀਸੀਟੀਵੀ ਦੇ ਵਿੱਚ ਹਲਾ ਕੇ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਕੋਰੀਡੋਰ ਦੇ ਵਿੱਚ ਜਿਹੜਾ ਉਸ ਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਵਾਰਦਾਤ ਜਦੋਂ ਇਹ ਹੁੰਦੀ ਹੈ ਤਾਂ ਉਸ ਦੌਰਾਨ ਦੋ ਨੌਜਵਾਨ ਵੀ ਜ਼ਖਮੀ ਹੁੰਦੇ ਨੇ। ਪੁਰਾਣਾ ਮਾਮਲਾ ਕੀ ਹੈ ਉਹ ਪੂਰੀ ਡਿਟੇਲ 'ਚ ਦੱਸਾਂਗੇ, ਧਿਆਨ ਨਾਲ ਇਹ ਵੀਡੀਓ ਦੇਖੋ। ਇਹ ਵੀਡੀਓ ਲੁਧਿਆਣੇ ਦੇ ਇੱਕ ਹੋਟਲ ਮਾਲਕ ਦੀ ਹੈ ਜਿਸ ਦੇ ਉੱਤੇ ਉਸਦੇ ਸਾਥੀ ਨੇ ਕੁਝ ਅਣਪਛਾਤੇ ਨੌਜਵਾਨਾਂ ਨੂੰ ਬੁਲਾਇਆ ਅਤੇ ਫਿਰ ਤੇਜ਼ ਤਰਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਹਮਲੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੁੰਦੇ ਨੇ, ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ। ਹੋਟਲ ਮਾਲਕ ਨੂੰ ਉਸਦੇ ਕਮਰੇ ਦੇ ਵਿੱਚ ਬੰਦ ਕਰਕੇ ਉਸ ਦੀ ਲਗਾਤਾਰ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਬਾਅਦ ਦੇ ਵਿੱਚ ਪੀੜਤ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਾਈ ਜਾਂਦੀ ਹੈ। ਹੋਟਲ ਮਾਲਕ ਸੋਨੂ ਕੱਕੜ ਨੇ ਇਹ ਗੱਲ ਦੱਸੀ ਕਿ ਭਰਾ ਅਮਿਤ ਕੱਕੜ ਦਾ ਫਿਰੋਜ਼ਪੁਰ ਰੋਡ 'ਤੇ ਇੱਕ ਹੋਟਲ ਹੈ, ਉਹ ਆਪਣੇ ਦੋਸਤਾਂ ਦੇ ਨਾਲ ਕਮਰੇ ਦੇ ਵਿੱਚ ਬੈਠਾ ਸੀ ਅਤੇ ਇੱਕ ਹੋਟਲ ਦਾ ਮਾਲਕ ਪਹਿਲਾਂ ਇਕੱਲੇ ਹੀ ਹੋਟਲ ਦੇ ਵਿੱਚ ਆਇਆ ਪਰ ਕਮਰੇ ਦੇ ਵਿੱਚ ਕੁਝ ਨੌਜਵਾਨਾਂ ਨੂੰ ਬੈਠਾ ਦੇਖ ਕੇ ਉਹ ਵਾਪਸ ਪਰਤਿਆ। ਤਕਰੀਬਨ 10 ਮਿੰਟ ਬਾਅਦ ਉਹ ਅਣਪਛਾਤੇ ਨੌਜਵਾਨਾਂ ਦੇ ਨਾਲ ਹੋਟਲ 'ਚ ਦਾਖਲ ਹੁੰਦਾ ਅਤੇ ਉਸ ਤੋਂ ਬਾਅਦ ਅਮਿਤ ਕੱਕੜ ਅਤੇ ਉਸਦੇ ਸਾਥੀ ਮੁਰਲੀ 'ਤੇ ਤੇਜ਼ ਤਰਾਰ ਹਥਿਆਰਾਂ ਦੇ ਨਾਲ ਹਮਲਾ ਕਰਦਾ। ਦੋਵੇਂ ਨੌਜਵਾਨਾਂ ਨੂੰ ਕਮਰੇ 'ਚ ਬੰਦ ਕਰਕੇ ਸਿਰ 'ਤੇ ਰਾਡਾਂ ਮਾਰੀਆਂ ਜਾਂਦੀਆਂ ਨੇ ਅਤੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਜਾਂਦੀਆਂ ਨੇ। ਹਾਲਾਂਕਿ ਹਮਲਾਵਰ ਕਾਰਾਂ ਅਤੇ ਬਾਈਕਾਂ 'ਤੇ ਸਵਾਰ ਹੋ ਕੇ ਆਏ ਸਨ। ਪੁਲਿਸ ਦੇ ਕੋਲ ਸ਼ਿਕਾਇਤ ਜਦੋਂ ਦਰਜ ਕਰਾਈ ਗਈ ਪਰ ਕੋਈ ਕਾਰਵਾਈ ਫਿਲਹਾਲ ਦੇ ਲਈ ਨਹੀਂ ਹੋ ਰਹੀ ਹੈ। ਇਸ ਬਾਬਤ ਕੀ ਬਿਆਨ ਸਾਹਮਣੇ ਆ ਰਹੇ ਨੇ ਉਹ ਤੁਹਾਨੂੰ ਸੁਣਾ ਰਹੇ ਹਾਂ। ਮੈਂ ਸਰ ਸੋਨੂ ਕੱਕੜ ਜੀ। ਹੋਟਲ ਕਿਹੜੀ ਹੈ, ਕੀ ਗੱਲਬਾਤ ਹੋਈ ਹੈ? ਫਿਰੋਜ਼ਪੁਰ ਰੋਡ 'ਤੇ ਹੋਟਲ ਆ ਜੀ ਮੇਰੇ ਬ੍ਰਦਰ ਦਾ। ਕੱਲ੍ਹ ਰਾਤੀ ਇਹ 4-5 ਦੋਸਤ ਰੂਮ 'ਚ ਬੈਠੇ ਸੀਗੇ, ਇਹਨਾਂ ਦਾ ਕਿਸੇ ਹੋਰ ਦਾ ਹੋਟਲ ਦਾ ਕੋਈ ਪਾਰਟਨਰ ਇਹਨਾਂ ਕੋਲ ਆਇਆ ਅਤੇ ਇਕੱਲਾ ਆਇਆ, ਇਹ 4-5 ਜਾਣੇ ਬੈਠੇ ਸੀਗੇ, ਇਕੱਲਾ ਦੇਖ ਕੇ ਮੁੜ ਗਿਆ ਕਿ 4-5 ਜਾਣੇ ਆ। ਮੁੜ ਕੇ 10 ਕੁ ਮਿੰਟ ਬਾਅਦ ਉਹ 10-12 ਜਾਣੇ ਲੈ ਕੇ ਆਇਆ ਅਤੇ ਇਹ ਦੋ ਬੰਦਿਆਂ 'ਤੇ ਹਮਲਾ ਕਰਤਾ, ਮੇਰੇ ਬ੍ਰਦਰ 'ਤੇ ਅਮਿਤ ਕੱਕੜ 'ਤੇ ਅਤੇ ਇਹਦੇ ਪਾਰਟਨਰ 'ਤੇ ਮੁਰਲੀ 'ਤੇ। ਇਹਨਾਂ ਦੇ ਕਾਫੀ ਗੰਭੀਰ ਸੱਟਾਂ ਮਾਰੀ ਗਈਆਂ, ਇਹਨਾਂ ਦਾਤ ਮਾਰੇ ਗਏ, ਇਹਨਾਂ ਦੇ ਸਿਰ 'ਤੇ ਰਾਡਾਂ ਮਾਰੀ ਗਈਆਂ, ਪਿੱਠ 'ਤੇ ਬੈਲਟਾਂ ਮਾਰੀ ਗਈਆਂ, ਲੱਤਾਂ ਨਾਲ ਕੁੱਟਿਆ ਗਿਆ। 10 ਤੋਂ 15 ਮਿੰਟ ਕੁੱਟਿਆ ਗਿਆ ਕਮਰਾ ਬੰਦ ਕਰਕੇ, ਜੋ ਸਾਰਾ ਸੀਸੀਟੀਵੀ ਦੇ ਵਿੱਚ ਆਇਆ ਜੀ। ਕੀ ਹਥਿਆਰ ਵੀ ਸੀ ਉਹਨਾਂ ਕੋਲ? ਉਹਨਾਂ ਕੋਲ ਟੋਕੇ ਸੀਗੇ, 10 ਤੋਂ 12 ਜਾਣੇ ਸੀਗੇ, ਇੱਕ ਕਾਰ 'ਤੇ ਆਏ ਸੀਗੇ, ਇੱਕ ਬਾਈਕ ਸੀਗੇ, ਕਾਰ ਦਾ ਨੰਬਰ ਵੀ ਅਸੀਂ ਲਿਖਾ ਤਾ ਜੀ। ਅਤੇ ਆਪਣੇ ਕਿੰਨੇ ਬੰਦੇ 'ਤੇ ਲੱਗੀ ਜੀ? ਦੋ ਬੰਦੇ ਸਾਡੇ ਸੱਟਾਂ ਲੱਗੀਆਂ ਜੀ। ਉਹ ਕਿੰਨੇ ਜਣੇ ਸੀਗੇ? ਉਹ ਸੀਗੇ ਸਰ 8 ਬੰਦੇ, ਅਸੀਂ ਕਾਊਂਟ ਕੀਤੇ ਆ, 3-4 ਬੰਦੇ ਸ਼ਾਇਦ ਬਾਹਰ ਖੜ੍ਹੇ ਹੋਣ। ਅਤੇ ਅੱਜ ਕਮਿਸ਼ਨ ਜ਼ੋਨ 3 ਦੇ ਬਾਅਦ ਤੁਸੀਂ ਪਹੁੰਚੋ, ਅੰਦਰੋਂ ਨਾਰੇਬਾਜ਼ੀ ਦੀ ਕਰ ਰਹੇ ਸੀਗੇ, ਕਾਰਨ ਕੀ ਨਾਰੇਬਾਜ਼ੀ ਕਰਨ ਦਾ? ਅਸੀਂ ਰਾਤ ਦੀ ਅਸੀਂ ਜੀ ਕੰਪਲੇਂਟ ਕੀਤੀ ਹੋਈ ਜੀ, ਰਾਤ ਦੀ 1:30 ਵਜੇ ਦੀ, ਅਤੇ ਸਵੇਰੇ ਅਸੀਂ 8 ਵਜੇ ਜਾ ਕੇ ਮੌਕਾ ਦਿਖਾਇਆ ਜੀ IO ਸਾਹਿਬ ਨੂੰ, ਠੀਕ ਹੈ ਜੀ। ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਜੀ 10-11 ਵਜੇ ਤੱਕ ਪਰਚਾ ਹੋ ਜੂਗਾ। ਅਸੀਂ 4-5 ਵਜੇ ਤੱਕ ਉਡੀਕ ਕਰੀ ਗਏ, ਜਦੋਂ ਪਰਚਾ ਕਰਨ ਦੀ ਵਾਰੀ ਆਈ ਜੀ, ਉਹਨਾਂ ਨੇ ਜੀ ਸਾਨੂੰ ਸਾਫ ਮਨਾ ਕਰਤਾ ਜੀ, ਸਾਨੂੰ SP ਸਾਹਿਬ ਦੇ ਆਰਡਰ ਹੈਗੇ ਜੀ, ਪਰਚਾ ਨਹੀਂ ਕਰਨਾ, ਉਹਨਾਂ ਨਾਲ ਜਾ ਕੇ ਇੱਕ ਵਾਰੀ ਮਿਲੋ ਜੀ। ਕਾਰਨ ਸਾਨੂੰ ਦੱਸਿਆ ਨਹੀਂ, ਪੋਲੀਟੀਕਲ ਪ੍ਰੈਸ਼ਰ ਲੱਗਦਾ ਮੈਨੂੰ, ਡਿਪਾਰਟਮੈਂਟਲ ਪ੍ਰੈਸ਼ਰ ਜੋ ਮੈਨੂੰ ਲੱਗਦਾ ਜੀ, ਕਿ ਇਹਨਾਂ ਨੂੰ ਉੱਚ ਅਧਿਕਾਰੀ ਦੇ ਫੋਨ ਆਏ ਜੀ। ਅੱਛਾ, ਜੇ ਆਪਾਂ ਗੱਲ ਕਰੀਏ ਅਗਰ ਕਾਰਵਾਈ ਨਹੀਂ ਹੁੰਦੀ, ਅਗਲੀ ਰਣਨੀਤੀ ਕੀ ਹੋਈ ਤੁਹਾਡੀ ਜੀ? ਇਹਨਾਂ ਖਿਲਾਫ ਹੀ ਧਰਨਾ ਲਾਵਾਂਗੇ ਜੀ, ਠੀਕ ਹੈ, ਮੀਡੀਆ ਅੱਗੇ ਪੂਰੀ ਆਪਣੀ ਗੱਲ ਰੱਖਾਂ ਜੀ, ਤਾਂ ਵੀ ਇਹਨਾਂ ਦੇ ਕੰਨਾਂ 'ਚ ਜੂ ਨਾ ਸਰਕੀ ਜੀ, ਅਸੀਂ ਕੋਰਟ ਥਰੂ ਇਹਨੂੰ ਪਰਚਾ ਕਰਾਵਾਂਗੇ ਜੀ। ਜਿਹੜੇ ਆਪਣੇ ਪੁਲਿਸ ਮਹਿਕਮੇ ਦੇ ਬੰਦੇ ਇਸ ਦੇ ਰਿਲੇਟਿਡ ਰਲੇ ਹੋਏ ਆ, ਜਿਹੜੇ FIR ਨਹੀਂ ਕਰਦੇ, ਇਹਨਾਂ ਖਿਲਾਫ ਹਾਈ ਕੋਰਟ ਦੇ ਅਸੀਂ ਰਿਟ ਲਾਵਾਂਗੇ। ਸੀਨੀਅਰ ਅਧਿਕਾਰੀਆਂ ਤੋਂ ਕੀ ਮੰਗੇ ਜੀ ਹੁਣ ਤੱਕ?
ਕਿ ਸਾਡੀ ਜੋ ਸਾਡੀ ਕੰਪਲੇਂਟ ਹੈ ਜਲਦ ਤੋਂ ਜਲਦ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਜੀ। ਲੱਗਦਾ ਵੀ ਜੇ ਕੋਈ ਹਾਦਸਾ ਆਈ ਹੋਵੇ ਤਾਂ ਪੁਲਿਸ ਫਿਰ ਉਦੋਂ ਕਾਰਵਾਈ ਕਰਦੀ ਹੈ ਜਦੋਂ? ਉਹ ਤਾਂ ਸਾਨੂੰ ਬਾਅਦ ਵੀ ਹਾਲੇ ਵੀ ਡਰ ਹੈ ਜੀ, ਸਾਡੇ ਜਦੋਂ ਮਰਜ਼ੀ ਹਮਲਾ ਹੋ ਸਕਦਾ ਸਾਡੇ 'ਤੇ, ਸਾਡੇ ਪਰਿਵਾਰ 'ਤੇ, ਮੇਰੇ ਸੱਜਣ ਮਿੱਤਰਾਂ 'ਤੇ ਕਿਸੇ ਦੀ ਵੀ ਕਿਸੇ ਪ੍ਰਕਾਰ ਦਾ ਹਮਲਾ ਹੁੰਦਾ ਜੀ SP ਸਾਹਿਬ ਅਤੇ SHO ਸਰਾਭਾ ਨਗਰ ਜ਼ਿੰਮੇਵਾਰ ਹੋਊਗਾ ਜੀ। ਓਕੇ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਅਮਿਤ ਕੱਕੜ। ਅੱਛਾ, ਜਿਹੜਾ ਕੱਲ੍ਹ ਹਮਲਾ ਹੋਇਆ ਕੀ ਕਾਰਨ ਰਿਹਾ, ਤੁਸੀਂ ਕਿਹੜੀ ਜਗ੍ਹਾ 'ਤੇ ਮੌਜੂਦ ਸੀਗੇ? ਮੈਂ ਆਪਣਾ ਹੋਟਲ 'ਤੇ ਮੌਜੂਦ ਸੀਗਾ, ਫਿਰੋਜ਼ਪੁਰ ਰੋਡ 'ਤੇ। ਉਹ ਮੇਰਾ ਪਾਰਟਨਰ ਸੀਗਾ, ਉਹ ਆਇਆ 10-12 ਬੰਦਿਆਂ ਨਾਲ ਆ ਕੇ, ਉਹਨੇ ਆਉਂਦੇ ਹੀ ਕੋਈ ਗੱਲਬਾਤ ਨਹੀਂ ਕੀਤੀ, ਇੱਕ ਮਿੰਟ ਬੈਠਾ, ਨਾ ਹੀ ਉਹਨੇ ਹਮਲਾ ਕਰਤਾ। ਮੈਂ ਪੁੱਛਦਾ ਗਿਆ ਮੈਨੂੰ ਕਿਉਂ ਮਾਰਦਾ ਪਿਆ, ਕਹਿੰਦਾ ਨਹੀਂ ਮੈਂ ਤੈਨੂੰ ਰੀਜ਼ਨ ਬਾਅਦ 'ਚੋਂ ਦੱਸਾਂਗਾ, ਤੈਨੂੰ ਮੈਂ ਮਾਰਨਾ ਹੈ। ਕਹਿੰਦਾ, ਮੈਂ ਕਿਹਾ ਕੀ ਕੋਈ ਗਲਤ ਆ, ਦੱਸ ਕਿਉਂ ਮਾਰਦਾ ਪਿਆ? ਕਹਿੰਦਾ ਨਹੀਂ ਨਹੀਂ ਮੈਂ ਤੈਨੂੰ ਮਾਰਨਾ, ਉਹ ਮੈਨੂੰ ਮਾਰ ਹੀ ਗਿਆ ਉਹਨਾਂ ਨੇ, ਕੋਈ ਨਸ਼ਾ ਵੀ ਕੀਤਾ ਹੋਇਆ ਸੀ, ਕਾਰਨ ਦਾ ਪਤਾ ਕਾਗਜ਼ ਨਹੀਂ ਦੱਸਿਆ ਉਹਨਾਂ ਨੇ। ਅੱਛਾ, ਕੀ ਹਥਿਆਰ ਵੀ ਸੀ ਉਹਨਾਂ? ਉਹਨਾਂ ਕੋਲ ਹਥਿਆਰ ਵੀ ਸੀਗੇ ਉਹਨਾਂ ਨੇ, ਮੇਰੇ ਕੱਟ ਵੀ ਮਾਰਿਆ, ਮੈਨੂੰ 7 ਜਾਂਗਿਆਂ ਨੇ ਲਗਾਤਾਰ ਕੁੱਟਿਆ, 10 ਮਿੰਟ ਪੂਰੀ ਵੀਡੀਓ ਹੈਗੀ ਹੈ। ਅੱਛਾ, ਤੁਹਾਡੇ ਹੋਟਲ 'ਚ ਤੁਹਾਨੂੰ? ਹਾਂ, ਮੈਨੂੰ ਕੁੱਟਿਆ, ਨਾਲ ਮੇਰੇ ਨਾਲ ਦੇ ਪਾਰਟਨਰ ਨੂੰ ਕੁੱਟਿਆ, ਦੋਨਾਂ ਨੂੰ ਬਹੁਤ ਕੁੱਟਿਆ। ਐਂਡ 'ਚ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਮਾਰ ਦੇ, ਹੁਣ ਤਾਂ ਤੂੰ ਮਾਰ ਨਹੀਂ ਆਇਆ। ਐਂਡ 'ਚ ਉਹ ਮਾਰ ਮੂਰ ਕੇ ਕਦੋਂ ਮੈਂ ਅੰਨ ਹਾਗਤ 'ਚ ਹੋ ਗਿਆ, ਉਹ ਮੈਨੂੰ ਸਿੱਟ ਕੇ ਥੱਲੇ ਗਏ, ਅਤੇ ਪੁਲਿਸ ਨੂੰ ਮੇਰੀ ਚੈਨੀ ਵੀ ਉਹ ਨਾਲ ਗਏ ਗਏ, ਪੁਲਿਸ ਨੂੰ ਤਗਾਹ ਕੀਤੀ। ਅਸੀਂ ਰਾਤੀ ਪਰਚਾ ਕਟਾਇਆ ਸੀਗੇ, 4 ਵਜੇ ਤੱਕ ਅਸੀਂ ਘੁੰਮਦੇ ਗਏ ਹਾਂ, ਮੁੜ ਕੇ 7 ਵਜੇ ਹੋਟਲ 'ਤੇ ਪੁਲਿਸ ਆਈ ਹੈ, ਉਹਨਾਂ ਨੂੰ ਪੂਰੀ ਚੀਜ਼ ਦਿਖਾਈ ਹੈ। ਹਜੇ ਤੱਕ ਸ਼ਾਮ ਦੇ 6 ਵਜ ਗਏ, ਕੋਈ ਕਾਰਵਾਈ ਨਹੀਂ ਹੋ ਗਈ। ਜਿਨ੍ਹਾਂ ਨੇ ਹਮਲਾ ਕੀਤਾ ਉਹ ਬੰਦੇ ਕੋਲ ਨਾਮ ਕੀ ਉਹਨਾਂ ਦਾ ਪਤਾ? ਇੱਕ ਹਾਂ, ਗੌਰਵ ਨਾਮ ਹੈ ਮੁੰਡੇ ਦਾ, ਗੌਰਵ ਸ਼ਰਮਾ ਮੁੰਡੇ ਦਾ ਨਾਮ ਹੈ, ਦੂਜੇ ਗੌਰਵ ਤਿਵਾੜੀ ਨਾਮ ਹੈ ਮੁੰਡੇ ਦਾ, ਕੀ ਨਾਮ ਸੀ ਬਾਕੀ ਮੁੰਡੇ ਦਾ? ਨਵਜੋਤ ਨਾਮ ਸੀਗਾ ਮੁੰਡੇ ਦਾ, ਇੱਕ ਗੋਮੀ ਮੁੰਡਾ ਸੀਗਾ, ਇੱਕ ਉਹ ਸੀਗਾ। ਇਸ ਟੋਟਲ 12 ਜਾਣੇ ਸੀਗੇ, ਬਾਕੀ ਇਹਨੂੰ ਪਛਾਤੇ ਸੀ 3 ਬੰਦੇ ਨਾਮ? ਹਾਂ, 8 ਜਾਂਗੇ ਪਛਾਣ ਹੋ ਗਏ, 3 ਜਾਂਗਿਆਂ ਦਾ ਵੀ ਪਤਾ ਲੱਗ ਗਿਆ। ਅੱਛਾ, ਤੇ ਹੁਣ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀ ਤੁਸੀਂ ਇੱਥੇ ਨਾਰੇ? ਬਸ ਸਾਨੂੰ ਇਨਸਾਫ ਦਿੱਤਾ ਜਾਵੇ, ਪਰਚਾ ਕੱਟਿਆ ਜਾਵੇ ਇਹਨਾਂ ਦੇ, ਆਪਾਂ ਇਹੀ ਚਾਹੁੰਦੇ ਹਾਂਗੇ। ਤਾਂ ਇਹ ਮੈਨੂੰ ਜਾਨ ਦਾ ਖਤਰਾ, ਮੈਨੂੰ ਕੁਛ ਵੀ ਹੋਊਗਾ, ਇਹ ਉਹ ਜ਼ਿੰਮੇਦਾਰ ਹੋਊਗਾ, ਮੈਨੂੰ ਕੁਛ ਵੀ ਹੋਊਗਾ। ਨਾਲ ਪੰਗਾ ਪਿਆ ਤੁਹਾਡੇ ਪਾਰਟਨਰ? ਮੇਰਾ ਪਾਰਟਨਰ ਹੈ ਹੋਟਲ ਦਾ, ਹੋਟਲ ਦੇ? ਹਾਂ, ਮੇਰੇ 2 ਹੋਟਲਾਂ 'ਚ ਪਾਰਟਨਰ ਹੈ, ਇੱਕ ਹੋਟਲ ਫਿਰੋਜ਼ਪੁਰ ਰੋਡ 'ਤੇ, ਇੱਕ ਹੋਟਲ ਆਪਣਾ ਹੈਬੋਵਾਲ ਰੋਡ 'ਤੇ। ਠੀਕ ਹੈ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਚਰਨਜੀਤ ਜੀ। ਸਰ, ਪਹਿਲਾਂ ਤੁਸੀਂ SP ਸਾਹਿਬ ਦਫ਼ਤਰ ਵੀ ਪਹੁੰਚੇ, ਹੁਣ ਥਾਣੇ ਵੀ ਪਹੁੰਚੇ ਹੋ, ਲਗਾਤਾਰ ਗੇੜੇ ਖਾ ਰਹੇ ਹੋ, ਕੀ ਗੱਲ ਹੈ? ਕੱਲ੍ਹ ਰਾਤ ਮੇਰੇ ਬੇਟੇ ਨੂੰ, ਅਮਿਤ ਕੱਕੜ ਨੂੰ, ਜੋ ਇਹਦੇ ਪਾਰਟਨਰ ਸੀਗੇ, ਇੱਕ ਹੋਟਲ ਦੇ ਵਿੱਚ 7-8 ਜਣੇ ਕੁੱਟ ਗਏ, ਅਤੇ ਅਸੀਂ ਕੱਲ੍ਹ ਰਾਤ ਦੇ ਹੀ ਇੱਥੇ ਸਰਾਭਾ ਨਗਰ ਥਾਣੇ 2:30 ਵਜੇ ਦੇ ਕੱਲ੍ਹ ਰਾਤ ਦੀ ਇੱਥੇ, ਫਿਰ ਇਹਨਾਂ ਨੇ ਸਾਨੂੰ ਮਿੱਠੀ ਗੋਲੀ ਦੇ ਕੇ ਭੇਜਤਾ, ਕੰਪਲੇਂਟ ਨੋਟ ਕਰਕੇ। ਕਹਿੰਦੇ ਪਰਚਾ ਸਵੇਰੇ ਦਾਂਗੇ, ਸਵੇਰੇ ਇਹਨਾਂ ਨੇ 7:30 ਵਜੇ ਬੁਲਾ ਲਿਆ, ਸਵੇਰ 7:30 ਵਜੇ ਦੇ ਆਏ ਹੋਏ ਆ। ਕਦੀ SP ਦਫ਼ਤਰ ਭੇਜ ਦਿੰਦੇ ਆ, ਕਦੀ ਇੱਧਰ ਬੁਲਾ ਲੈਂਦੇ ਆ, ਕਦੀ ਕਹਿੰਦੇ SP ਦਫ਼ਤਰ ਚੱਲ ਜਾਓ, ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਮੰਗ ਹੈ ਕਿ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏ, ਜਿਹੜਾ ਪਰਚਾ ਬਣਦਾ ਕੀਤਾ ਹੈ, ਵੀਡੀਓ ਦੇ ਆਧਾਰ 'ਤੇ, ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ। ਅਗਰ ਨਹੀਂ ਇਨਸਾਫ ਮਿਲਦਾ ਕਿ ਥਾਣੇ ਦੇ ਬਾਹਰ ਹੀ ਬੈਠੋਗੇ? ਆਪਾਂ ਇੱਥੇ ਟੈਂਟ ਲਾ ਕੇ ਬੈਠਾਂਗੇ, ਕੁਰਸੀ ਗਾਵਾਂਗੇ, ਇੱਥੇ ਬਾਹਰ ਬਾਹਰ ਹੀ ਬੈਠਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ। ਟੈਂਟ ਲਵਾਵਾਂਗੇ, ਕੁਰਸੀ, ਇਹਨਾਂ ਨੂੰ ਡਿਸਟਰਬ ਨਹੀਂ ਕਰਾਂਗੇ, ਇਨਸਾਫ ਮੰਗਾਂਗੇ। 1 ਦਿਨ ਲੱਗ ਜਾਵੇ, 2 ਦਿਨ ਲੱਗ ਜਾਵੇ, 3 ਦਿਨ ਲੱਗ ਜਾਵੇ, ਮਹੀਨਾ ਲੱਗ ਜਾਵੇ, ਇੱਥੇ ਹੀ ਬੈਠਾਂਗੇ। ਪ੍ਰਸ਼ਾਸਨ ਸਾਡੀ ਗੱਲ ਨਹੀਂ ਕੋਈ ਸੁਣਦਾ। ਪ੍ਰਸ਼ਾਸਨ ਜਿਹੜਾ ਕਹਿੰਦਾ ਕਿ ਅਸੀਂ ਇਨਸਾਫ ਦਿੰਦੇ, ਪ੍ਰਸ਼ਾਸਨ ਕੋਈ ਸੁਣਾਈ ਨਹੀਂ ਹੈ, ਕੋਈ ਸੁਣਾਈ ਨਹੀਂ, ਕੋਈ ਪੁੱਛ ਨਹੀਂ, ਕੋਈ ਕੁਛ ਨਹੀਂ ਹੈ। ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਪਿਆ ਉਹ ਜੱਕ ਵੱਡਾ, ਉਹਨਾਂ ਦਾ ਕੀ ਗੱਲ, ਪਾਵਰ ਵੱਡੀ? ਹਾਂ, ਹੋ ਸਕਦਾ, ਹੋ ਸਕਦਾ ਵੱਡਾ ਜੱਕ। ਕੱਲ ਦਾ ਮਾਮਲਾ ਤੇ ਕੱਲ ਰਾਤ 11:30 ਵਜੇ ਦਾ ਮਾਮਲਾ ਜੀ, ਤੇ ਕੱਲ ਰਾਤ ਦਾ ਹੁਣ ਤੱਕ ਮਾਮਲਾ ਦਰਜ ਨਹੀਂ ਕੀਤਾ ਇਹਨਾਂ ਨੇ? ਕੁਛ ਨਹੀਂ ਦਰਜ ਕੀਤਾ। ਕਦੀ ਕਹਿੰਦੇ ਸਾਡਾ ਪ੍ਰਿੰਟਰ ਖਰਾਬ ਹੋ ਗਿਆ, ਕਿਹੜੇ ਥਾਣੇ ਦਾ ਮਾਮਲਾ ਜੀ? ਇਹ ਸਰਾਭਾ ਨਗਰ। ਠੀਕ ਹੈ ਜੀ।